ਫਿਲੌਰ ਦੇ ਨਜ਼ਦੀਕ ਪੈਂਦੇ ਮੁਹੱਲਾ ਰਵਿਦਾਸਪੁਰਾ ਦੇ ਵਾਰਡ ਨੰਬਰ 1 ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਚੋਰਾਂ ਨੇ ਇੱਕ ਘਰ ਨੂੰ ਨਿਸ਼ਾਨਾ ਬਣਾ ਚੋਰੀ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਚੋਰ ਘਰ ਦੇ ਤਾਲੇ ਤੋੜ ਕੇ ਅੰਦਰੋਂ ਸੋਨੇ ਦੇ ਗਹਿਣੇ ਤੇ ਨਕਦੀ ਚੋਰੀ ਕਰਕੇ ਮੌਕੇ ਤੋਂ ਫਰਾਰ ਹੋ ਗਏ, ਜਿਸ ਦੀ ਸੂਚਨਾ ਘਰ ਦੇ ਮਾਲਿਕ ਸ਼ਿਕਾਰਾ ਚੰਦ ਵੱਲੋਂ ਪੁਲਿਸ ਨੂੰ ਦਿੱਤੀ ਗਈ। ਸੂਚਨਾ ਮਿਲਦੇ ਹੀ ਮੌਕੇ ਤੇ ਪਹੁੰਚੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਇਸ ਬਾਬਤ ਮਕਾਨ ਮਾਲਿਕ ਤੇ ਪੁਲਿਸ ਅਧਿਕਾਰੀ ਵੱਲੋਂ ਸਾਰੀ ਜਾਣਕਾਰੀ ਸਾਂਝੀ ਕੀਤੀ ਗਈ। ਫਿਲੌਰ ਤੋਂ ਪ੍ਰਭਪਾਲ ਦੇ ਨਾਲ ਸੁਰਿੰਦਰ ਦੀ ਰਿਪੋਰਟ। ਅਤੇ ਮਗਰੋਂ ਸਾਡੇ ਘਰ ਦੇ ਵਿੱਚ ਚੋਰੀ ਹੋ ਗਈ ਹੈ, ਸਾਰੇ ਜਿੰਦੇ ਤੋੜੇ ਗਏ ਅਤੇ ਪੇਟੀਆਂ ਦੀ ਤੋਲਦਾਖਲਾਤੀ ਕੀਤੀ ਗਈ, ਜਿਹਦੇ ਵਿੱਚੋਂ ਇੱਕ ਸੋਨੇ ਦੀ ਚੈਨ, ਇੱਕ ਮੁੰਦੀ ਅਤੇ ਇੱਕ ਵਾਲੀਆਂ ਦਾ ਜੋੜਾ 1100 ਰੁਪਈਆ ਸੀ ਲੜਕੀ ਦੇ ਬੈਗ ਦੇ ਵਿੱਚ, ਉਹ ਅਤੇ 3 ਘੜੀਆਂ ਜੀ
ਉਹ ਕੋਈ ਚੋਰੀ ਕਰਕੇ ਲੈ ਗਿਆ, ਕੰਧ ਟੱਪ ਕੇ ਆਏ। ਅਸੀਂ ਕੋਈ 9 ਵਜੇ ਦੇ ਗਏ ਹੋ ਸਕੇ ਅਤੇ ਸ਼ਾਮੀ 5:30 ਵਜੇ ਆਏ। ਕਿੱਥੇ ਗਏ? ਅਸੀਂ ਲਗੇਰੀ ਪਿੰਡ ਗਏ ਸੀ, ਜਠੇਰਿਆਂ ਦੇ ਮੇਲਾ ਸੀ। ਕਿੰਨਾ ਕੁ ਨੁਕਸਾਨ ਹੋ ਗਿਆ ਦੇਖ ਲਓ ਜੀ? ਕਿੰਨਾ ਕੁ? ਦੋ ਤੋਲੇ ਸੋਨਾ ਸੀਗਾ ਅਤੇ 3 ਘੜੀਆਂ ਸੀਗੀਆਂ ਅਤੇ 11,000 ਰੁਪਇਆ। ਦਿਨ ਦਿਹਾੜੇ ਲੈ ਗਿਆ ਚੋਰ? ਚੋਰ ਕਹਿਣ ਸਾਡੇ ਵੀ ਕਿੰਨੇ ਵਜੇ ਆਏ? 10 ਵਜੇ ਆਏ ਕਿ 11 ਵਜੇ ਆਏ ਆ? ਕਿਉਂ ਅਸੀਂ 9 ਵਜੇ ਤੇ ਗਏ ਉਹ 5:30 ਵਜੇ ਵਾਪਸ ਆਏ। ਕੀ ਚਾਹੁੰਦੇ ਹੁਣ ਤੁਸੀਂ? ਹੁਣ ਇਹ ਆ ਜੀ ਸਾਨੂੰ ਇਨਸਾਫ਼, ਜਿਹੜਾ ਮਾੜਾ ਮੋਟਾ ਸਾਡਾ ਨੁਕਸਾਨ ਹੋਇਆ, ਗਰੀਬ ਬੰਦੇ ਹਾਂ ਅਤੇ ਚੋਰਾਂ ਨੂੰ ਫੜਿਆ ਜਾਵੇ। ਠੀਕ ਜੀ ਸਰ, ਅੱਜ ਜਿਹੜੀ ਚੋਰੀ ਹੋਈ ਇਹਦੇ ਸੰਬੰਧ ਵਿੱਚ ਦੱਸੋ। ਮੈਂ ਇੱਥੇ ਮੌਕੇ 'ਤੇ ਆਇਆ ਸ਼ੰਗਾਰਾਂ ਦੇ ਘਰ, ਸਾਰਾ ਪਰਿਵਾਰ ਚਠੇਰਿਆਂ ਦੇ ਗਏ ਸੀਗੇ, ਮਗਰ ਕੋਈ ਵੀ ਨਹੀਂ ਸੀਗਾ ਅਤੇ ਜਿੰਦਾ ਤੋੜ ਕੇ ਕਿਸੇ ਨੇ ਉਹਨੇ ਇਹਨਾਂ ਦੇ ਘਰ ਚੋਰੀ ਕੀਤੀ ਹੈ। ਇੱਕ ਇਹਨਾਂ ਦੇ ਦੱਸਦੇ ਆ ਵੀ ਸੋਨੇ ਦੀ ਚੈਨੀ ਸੀਗੀ 1.25 ਤੋਲੇ ਦੀ, ਇੱਕ ਕਾਲੀਆਂ ਸੀਗੀਆਂ 4 ਮਾਸੇ ਦੀਆਂ, ਇੱਕ ਸੋਨੇ ਦੀ ਮੰਦੀ ਸੀ 4 ਮਾਸੇ ਦੀ, ਤਾਂ ਇੱਕ 2 ਘੜੀਆਂ 3 ਅਤੇ 1100 ਰੁਪਈਆ ਇਹਨਾਂ ਚੋਰੀ ਕਰ। ਬਾਕੀ ਜਿਹੜਾ ਸਮਾਨ ਹੈ ਇਹਨਾਂ ਦਾ ਕੋਈ ਨਹੀਂ ਛੋੜਿਆ, ਸਿਲੰਡਰ ਹੋਰ ਲੋਹੇ ਦੀਆਂ ਚੀਜ਼ਾਂ ਸਾਰੀਆਂ ਪਈਆਂ ਸੀ ਘਰ, ਸਿਰਫ ਇਹਦੇ ਕੀਮਤੀ ਸਮਾਨ ਜਿਹੜਾ ਉਹ ਚੋਰੀ ਦਾ। ਠੀਕ ਹੈ ਜੀ, ਕਿੰਨੇ ਕੁ ਤੱਕ ਨੁਕਸਾਨ ਹੋਇਆ ਜੀ? ਨੁਕਸਾਨ ਇਹ ਲਾ ਲਓ ਜੀ ਹੁਣ 1.5-2 ਤੋਲੇ ਤਾਂ ਹੈਗੀ ਹੈ ਜੀ। ਠੀਕ ਹੈ, ਬਾਕੀ ਅਸੀਂ ਚੈੱਕ ਕਰ ਰਹੇ ਹਾਂ ਆਲੇ ਦੁਆਲੇ। ਠੀਕ ਹੈ ਜੀ, ਕੈਮਰੇ ਚੈੱਕ ਕਰਦੇ ਹਾਂ ਅਤੇ ਠੀਕ ਹੈ ਜੀ, ਬੰਦ ਕਰ ਰਹੇ। ਠੀਕ ਹੈ ਜੀ, ਧੰਨਵਾਦ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ। ਦੇਸ਼ ਵਿਦੇਸ਼ ਦੀਆਂ ਖਬਰਾਂ ਦੇਖਣ ਲਈ ਸਾਡੇ APਨਿਊਜ਼ ਪੰਜਾਬੀ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ ਅਤੇ ਕਮੈਂਟ ਕਰੋ ਜੀ।